ਖਾਲਸਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੁਨੀਆਂ ਦੇ ਸਾਰੇ ਭਿੰਨ ਭੇਦ ਦੂਰ ਕਰਕੇ ਮਨੁੱਖ ਨੂੰ ਏਕੇ ਦੀ ਡੋਰ ਵਿੱਚ ਬੰਨਣ ਵਾਸਤੇ ਹੋਕਾ ਦਿੱਤਾ। ਅਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰਾਂ ਨੇ ਬਹੁਤ ਲੰਮੇਰਾ ਸਮਾਂ ਲਾ ਕੇ ਸਿੱਖੀ ਵਿੱਚੋਂ ਜਾਤ ਪਾਤ ਨੂੰ ਖਤਮ ਕੀਤਾ। ਸਿੱਖੀ ਵਿੱਚ ਜਾਤ ਪਾਤ ਬਣ ਨਹੀਂ ਸਕਦੀ, ਸਿੱਖੀ ਜਾਤਾਂ ਪਾਤਾਂ ਮੰਨਦੀ ਨਹੀਂ, ਪਰ ਅਖੌਤੀ ਸਿੱਖ ਜਾਤਾਂ ਛੱਡਦੇ ਨਹੀਂ। ਅਸਲ ਵਿੱਚ ਜਿਹੜਾ ਸਿੱਖ ਹੈ ਉਸਦੀ ਕੋਈ ਜਾਤ ਨਹੀਂ ਹੁੰਦੀ, ਜਿਸ ਦੀ ਜਾਤ ਹੁੰਦੀ ਆ ਉਹ ਸਿੱਖ ਨਹੀਂ ਹੁੰਦਾ। ਮਲਕ ਭਾਗੋ ਦੇ ਕੁਝ ਅਖੌਤੀ ਵਾਰਸਾਂ ਨੇ ਆਪਣੀ ਅਮੀਰੀ ਸਦਕਾ ਭੇਖੀ ਸਿੱਖਾਂ ਦੇ ਨਾਲ ਰਲ ਕੇ ਕੁਝ ਬਹਾਦਰ ਕਬੀਲਿਆਂ ਨੂੰ ਦਰੜ ਦਿੱਤਾ। ਉਹਨਾਂ ਸਿਰੜੀ ਬਹਾਦਰ ਕਬੀਲਿਆਂ ਵਿੱਚੋਂ ਇੱਕ ਫਿਰਕਾ ਹੈ ਸਿਗਲੀਗਰ ਯੋਧਿਆਂ, ਬਣਜਾਰੇ ਯੋਧਿਆਂ ਦਾ। ਸ਼ਸਤਰ ਬਣਾਉਣ ਅਤੇ ਚਲਾਉਣ ਦੇ ਕਾਰੀਗਰ ਛੇਵੇਂ ਸਤਿਗੁਰੂ ਵੱਡ ਯੋਧਾ ਬਹੁ ਪਰ ਉਪਕਾਰੀ ਜੀ ਦੇ ਨੈਣਾਂ ਦਾ ਨੂਰ ਨੇ ਇਹ। ਸਤਿਗੁਰਾਂ ਨੂੰ ਅਤੇ ਉਹਨਾਂ ਦੇ ਬਹਾਦਰ ਯੋਧਿਆਂ ਨੂੰ ਹਥਿਆਰ ਇਹੋ ਹੀ ਸੂਰਮੇ ਬਣਾ ਕੇ ਦਿਆ ਕਰਦੇ ਸਨ। ਅੱਜ ਇਹਨਾਂ ਨੂੰ ਡਾਢਿਆਂ ਦੀ ਮਾਰ ਨੇ ਬਸ ਕਰਦਾਂ ਤੇ ਛੁਰੀਆਂ ਵੇਚਣ ਲਈ ਮਜਬੂਰ ਕਰ ਦਿੱਤਾ। ਬਲਿਹਾਰ ਜਾਈਏ, ਇਹਨਾਂ ਅੱਤ ਦੀ ਗਰੀਬੀ ਦੇ ਨਾਲ ਜੂਝਦੇ ਹੋਇਆਂ ਵੀ ਸਿੱਖੀ ਨੇ ਛੱਡੀ। ਇਹਨਾਂ ਦਾ ਗਿਲਾ ਹੈ ਕਿ ਸਿੱਖਾਂ ਤੇ ਕਾਬਜ਼ ਅਮੀਰ ਟੋਲੇ ਨੇ ਸਾਨੂੰ ਬਣਦਾ ਪਿਆਰ ਨਹੀਂ ਦਿੱਤਾ। ਇਹਨਾਂ ਦੇ ਇਸ ਜਾਇਜ਼ ਗਿਲੇ ਦਾ ਵਰਣਨ ਪ੍ਰਸਿੱਧ ਸ਼ਾਇਰ ਹਰਦਿਆਲ ਸਿੰਘ ਚੀਮਾ ਵਹਿਣੀ ਵਾਲੀਆ ਜੀ ਨੇ ਇੱਕ ਸੁੰਦਰ ਰਚਨਾ ਵਿੱਚ ਲਿਖਿਆ ਹੈ। ਢਾਡੀ ਜਥਾ ਢਾਡੀ ਲਖਵੀਰ ਸਿੰਘ ਪ੍ਰੀਤ ਪਿੰਡ ਤਲਬਣ, ਢਾਡੀ ਰਸ਼ਪਾਲ ਸਿੰਘ ਖੁਸ਼ਦਿਲ ਪਿੰਡ ਮੁੱਲਾਪੁਰ ਤੇ ਸਰੰਗੀ ਮਾਸਟਰ ਹਰਦੀਪ ਸਿੰਘ ਦੀਪ ਪਿੰਡ ਤਲਬਣ ਵਾਲੇ ਇਉਂ ਪੇਸ਼ ਕਰਦੇ ਹਨ।